ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਡੀਐਸ ਬੈਂਸ ਵੱਲੋਂ ਅਸਤੀਫਾ ਦੇਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਹਰ ਖਪਤਕਾਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਐਲਾਨ ਇੱਕ ਵਾਰ ਫਿਰ ਤੋਂ ਠੰਡੇ ਬਸਤੇ ਦੇ ਵਿੱਚ ਜਾ ਪਿਆ। ਇੱਕ ਪਾਸੇ ਪਾਵਰ ਕੌਮ ਦੀ ਵਿੱਤੀ ਸਥਿਤੀ ਦੇ ਮੁਤਾਬਕ ਇਹ ਸੰਭਵ ਨਹੀਂ ਹੈ ਕਿ ਹਰ ਖਪਤਕਾਰ ਵਰਗ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਸਕੇ। ਦੂਜੇ ਪਾਸੇ ਪੰਜਾਬ ਸਰਕਾਰ ਦਾ ਖਜ਼ਾਨਾ ਵੀ ਖਾਲੀ ਹੈ। ਪਾਵਰ ਕੌਮ ਨੂੰ ਦਿੱਤੀ ਜਾਣ ਵਾਲੀ ਬਿਜਲੀ ਮੁਆਫ਼ੀ ਦੀ 3100 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਦੇ ਵੱਲ ਬਕਾਇਆ ਖੜੀ ਹੈ। ਜੇਕਰ ਪੰਜਾਬ ਸਰਕਾਰ ਵੱਲੋਂ 5 ਰੁਪਏ ਪ੍ਰਤੀ ਯੂਨਿਟ ਤੇ ਬਿਜਲੀ ਦਰਾਂ ਦਾ ਨਵਾਂ ਫੈਸਲਾ ਰੈਗੂਲੇਟਰੀ ਕਮਿਸ਼ਨ ਪਾਸੋਂ ਲਾਗੂ ਕਰਵਾਇਆ ਜਾਂਦਾ ਹੈ ਤਾਂ ਪਾਵਰ ਕੌਮ ਤੇ ਤਕਰੀਬਨ 3000 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪੈ ਜਾਵੇਗਾ। ਪਾਵਰ ਕੌਮ ਦੇ ਸਿਰ ਇਸ ਵੇਲੇ 29000 ਕਰੋੜ ਦੇ ਕਰੀਬ ਕਰਜ਼ਾ ਚੜਿਆ ਹੋਇਆ ਹੈ। ਕਰਜ਼ੇ ਦਾ ਪਾਵਰ ਕੌਮ ਨੂੰ 3000 ਕਰੋੜ ਰੁਪਏ ਦਾ ਵਿਆਜ ਵੀ ਭਰਨਾ ਪੈ ਰਿਹਾ। ਅਦਾਰਾ 2100 ਕਰੋੜ ਦੇ ਕਰੀਬ ਸਿੱਧੇ ਤੌਰ ਤੇ ਘਾਟੇ ਵਿੱਚ ਹੈ। ਮਾਹਰਾਂ ਮੁਤਾਬਿਕ ਇਸ ਵਿੱਤੀ ਹਾਲਾਤ ਵਿੱਚ ਵੀ 5 ਰੁਪਏ ਪ੍ਰਤੀ ਯੂਨਿਟ ਬਿਜਲੀ ਖਪਤਕਾਰਾਂ ਨੂੰ ਨਹੀਂ ਦਿੱਤੀ ਜਾ ਸਕਦੀ।